ਨਿਰੰਕਾਰ ਦੇ ਹੁਕਮ ਅਨੁਸਾਰ ਉੱਚ ਕੋਟੀ ਦੀਆਂ ਹਸਤੀਆਂ ਸੰਸਾਰ ਦੇ ਭਲੇ ਵਾਸਤੇ ਆਉਂਦੀਆਂ ਰਹਿੰਦੀਆਂ ਹਨ ਅਤੇ ਭੁੱਲੇ ਭਟਕੇ ਕਲਯੁਗੀ ਜੀਵਾਂ ਨੂੰ ਉਪਦੇਸ਼ ਦ੍ਰਿੜ ਕਰਵਾ ਕੇ ਮੁੜ ਉਸ ਨਾਲ ਜੋੜਦੀਆਂ ਹਨ। ਇਸੇ ਕਾਰਜ ਵਾਸਤੇ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਸੰਸਾਰ 'ਤੇ ਆਏ। ਬਾਬਾ ਆਨੰਦ ਸਿੰਘ ਜੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਸ਼ਹਿਰ ਤੋਂ 5 ਕਿਲੋਮੀਟਰ ਦੂਰ ਪਿੰਡ ਸ਼ੇਰਪੁਰ ਕਲਾਂ ਵਿਖੇ 13 ਕੱਤਕ ਸੰਮਤ 1929 ਅੰਗਰੇਜ਼ੀ ਸੰਨ 1872 ਅਕਤੂਬਰ ਨੂੰ ਸਰਦਾਰ ਜੈ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਦਾ ਕੌਰ ਜੀ ਦੀ ਕੁੱਖੋਂ ਹੋਇਆ। ਇਸ ਸਧਾਰਨ ਪਰਿਵਾਰ ਦੇ ਬਾਗ ਜਾਗੇ ਜਿਸ ਦਾ ਖੇਤੀਬਾੜੀ ਅਤੇ ਕਾਰੀਗਰ ਦੀ ਕਿਰਤ ਨਾਲ ਚੰਗਾ ਗੁਜ਼ਾਰਾ ਸੀ। ਬਾਬਾ ਜੀ ਦੇ 3 ਵੱਡੇ ਭਰਾ ਸਨ, ਭਾਈ ਸੰਤਾ ਸਿੰਘ, ਭਾਈ ਭਗਤ ਸਿੰਘ ਅਤੇ ਭਾਈ ਜਗਤ ਸਿੰਘ। ਮਾਤਾ ਜੀ ਨਗਰ ਬੱਧਨੀ ਕਲਾਂ ਦੇ ਸਨ ਅਤੇ ਇਹਨਾਂ ਦਾ ਸੁਭਾਅ ਬਹੁਤ ਮਿੱਠਾ ਅਤੇ ਸੇਵਾ ਭਾਵ ਵਾਲਾ ਸੀ। ਪਿਤਾ ਜੀ ਸਾਦੇ ਪਰ ਬਹੁਤ ਮਿਹਨਤੀ ਅਤੇ ਵਾਹਿਗੁਰੂ ਨੂੰ ਯਾਦ ਰੱਖਣ ਵਾਲੇ ਸਨ। ਭਾਈ ਭਗਤ ਸਿੰਘ ਕੁਝ ਪੜ੍ਹਿਆ ਹੋਇਆ ਸੀ ਅਤੇ ਰਾਤ ਨੂੰ ਕਥਾ ਅਤੇ ਸਾਖੀਆਂ ਸੁਣਾਉਂਦਾ ਰਹਿੰਦਾ ਸੀ ਜੋ ਕਿ ਬਾਬਾ ਜੀ ਬੜੀ ਸ਼ਰਧਾ ਨਾਲ ਸੁਣਦੇ ਸਨ। ਇਹਨਾਂ ਨੇ ਗੁਰਮੁਖੀ ਘਰ ਵਿੱਚ ਹੀ ਸਿੱਖੀ ਅਤੇ ਇਸ ਤਰ੍ਹਾਂ ਧਾਰਮਿਕ ਵਾਤਾਵਰਣ ਵਿੱਚ ਪਲੇ ਅਤੇ ਵੱਡੇ ਹੋਏ। ਜਦੋਂ ਵੱਡੇ ਹੋਏ, ਘਰ ਦੇ ਕੰਮ ਕਾਰ ਸਿੱਖਣ ਲੱਗੇ ਅਤੇ ਮਾਤਾ ਪਿਤਾ ਦੀ ਹਰ ਤਰ੍ਹਾਂ ਸਹਾਇਤਾ ਕਰਨ ਲੱਗੇ, ਇਹਨਾਂ ਦਾ ਸੁਭਾਅ ਪਹਿਲਾਂ ਤੋਂ ਹੀ ਸਿੱਧਾ ਸਾਦਾ ਅਤੇ ਨਿਮਰਤਾ ਵਾਲਾ ਸੀ। ਵਾਹਿਗੁਰੂ ਨੂੰ ਯਾਦ ਰੱਖਦੇ ਅਤੇ ਸਾਧੂਆਂ ਦੀ ਸੰਗਤ ਦਾ ਸਮਾਂ ਖੁੰਝਣ ਨਾ ਦਿੰਦੇ। ਇੱਕ ਸਾਧੂ ਤੋਂ ਪ੍ਰੇਰਨਾ ਮਿਲੀ ਕਿ ਪਰਮਾਰਥ ਨੂੰ ਹੋਰ ਸਮਝਣ ਲਈ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਲਾਭਦਾਇਕ ਰਹੇਗੀ। ਭਰਾਵਾਂ ਨਾਲ ਮਿਲ ਕੇ ਦੂਰ ਨੇੜੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਿਰਤ ਕਰਨ ਚਲੇ ਜਾਂਦੇ ਸਨ। ਕੰਮ ਬਹੁਤ ਇਮਾਨਦਾਰੀ ਅਤੇ ਮਿਹਨਤ ਨਾਲ ਕਰਦੇ, ਰਾਤ ਦਾ ਬਹੁਤ ਸਮਾਂ ਸਿਮਰਨ ਵਿੱਚ ਗੁਜ਼ਾਰਦੇ ਸਨ। ਗ੍ਰਿਸਤੀ ਜੀਵਨ ਧਾਰਨ ਨਹੀਂ ਕੀਤਾ ਅਤੇ ਬਾਲ ਬ੍ਰਹਮਚਾਰੀ ਰਹੇ। ਪਰਮਾਰਥ ਦੀ ਅਜਿਹੀ ਲਗਨ ਲੱਗੀ ਕਿ ਯੁਵਕ ਅਵਸਥਾ ਵਿੱਚ ਹੀ ਆਪਣੇ ਔਜ਼ਾਰ ਕੰਮ 'ਤੇ ਸੰਭਾਲ ਕੇ ਬਗੈਰ ਕਿਸੇ ਨੂੰ ਦੱਸੇ ਕਾਰੋਬਾਰ ਛੱਡ ਦਿੱਤਾ। ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ, ਥੋੜ੍ਹੇ ਦਿਨਾਂ ਬਾਅਦ ਸ੍ਰੀ ਹਜ਼ੂਰ ਸਾਹਿਬ ਦਾ ਫੁਰਨਾ ਪੱਕਾ ਕਰਕੇ ਰੁੜਕੀ ਛਾਉਣੀ ਪਹੁੰਚ ਗਏ। ਕੁਝ ਸਮਾਂ ਇੱਥੇ ਕੰਮ ਕਰਕੇ ਖਰਚਾ ਪੂਰਾ ਹੋਣ 'ਤੇ ਸ੍ਰੀ ਹਜ਼ੂਰ ਸਾਹਿਬ ਜਾ ਪੁੱਜੇ। ਦਰਸ਼ਨ ਕਰਕੇ ਉੱਥੇ ਬਾਬਾ ਹੀਰਾ ਸਿੰਘ ਜੀ ਪੁਜਾਰੀ ਨੂੰ ਮੱਥਾ ਟੇਕਿਆ ਅਤੇ ਸੇਵਾ ਦੀ ਬੇਨਤੀ ਕੀਤੀ। ਤਖ਼ਤ ਸਾਹਿਬ 'ਤੇ ਤੜਕੇ 12:20 'ਤੇ ਇਸ਼ਨਾਨ ਲਈ ਗੋਦਾਵਰੀ ਦਰਿਆ 'ਚੋਂ ਜਲਦੀ ਗਾਗਰ ਲਿਆਉਣ ਦੀ ਸੇਵਾ ਮਿਲ ਗਈ। ਇਹਨਾਂ ਨੇ ਇਹ ਸੇਵਾ ਪ੍ਰੇਮ ਅਤੇ ਸ਼ਰਧਾ ਨਾਲ ਆਰੰਭ ਕਰ ਦਿੱਤੀ। ਬਾਕੀ ਸਮਾਂ ਹੋਰ ਸੇਵਾ ਅਤੇ ਸਿਮਰਨ ਵਿੱਚ ਲੱਗੇ ਰਹਿੰਦੇ ਸਨ। ਤਕਰੀਬਨ 2 ਵਰ੍ਹਿਆਂ ਤੋਂ ਬਾਅਦ ਆਕਾਸ਼ਬਾਣੀ ਹੋਈ ਜਿਸ ਵਿੱਚ ਇਸ਼ਾਰਾ ਮਿਲਿਆ ਕਿ ਵਿੱਦਿਆ ਪੜ੍ਹਨ ਅਤੇ ਹੋਰ ਪ੍ਰਾਪਤੀ ਲਈ ਆਪ ਦਾ ਘਰ ਮਾਲਵੇ ਵਿੱਚ ਪੂਰਾ ਹੋਵੇਗਾ। ਪੁਜਾਰੀ ਜੀ ਤੋਂ ਆਗਿਆ ਲੈ ਕੇ ਅਤੇ ਉਹਨਾਂ ਤੋਂ ਅਰਦਾਸਾਂ ਕਰਵਾ ਕੇ ਮਾਲਵੇ ਵਿੱਚ ਆ ਗਏ। ਪਹਿਲਾਂ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ, ਉੱਥੋਂ ਪਤਾ ਕਰਕੇ ਵਿੱਦਿਆ ਪੜ੍ਹਨ ਲਈ ਲਹਿਰੇ ਖਾਨੇ ਜੋ ਕਿ ਜ਼ਿਲ੍ਹਾ ਬਠਿੰਡੇ ਵਿੱਚ ਹੈ, ਸੰਤ ਬਾਬਾ ਵਧਾਵਾ ਸਿੰਘ ਜੀ ਦੇ ਪਾਸ ਪਹੁੰਚ ਗਏ। ਬਹੁਤ ਹੀ ਮਿਹਨਤ ਅਤੇ ਲਗਨ ਨਾਲ ਗੁਰਬਾਣੀ ਦਾ ਅਧਿਐਨ ਕੀਤਾ ਅਤੇ ਸੇਵਾ ਕੀਤੀ। ਕੁਝ ਸਮੇਂ ਬਾਅਦ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਕੋਈ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਓ ਜੋ ਪਰਮਾਰਥ ਦੇ ਰਸਤੇ 'ਤੇ ਹੋਰ ਅੱਗੇ ਲੈ ਜਾਵੇ। ਇਸ ਵਿਦਿਆਰਥੀ ਦੀ ਰੁਚੀ ਅਤੇ ਤਿਆਗ ਦਾ ਸੁਭਾਵ ਦੇਖ ਕੇ ਬਾਬਾ ਵਧਾਵਾ ਸਿੰਘ ਜੀ ਇਹਨਾਂ ਨੂੰ ਬਾਬਾ ਮਾਹਰਨਾਮ ਸਿੰਘ ਜੀ ਦੇ ਪਾਸ ਭੁੱਚੋ ਵਿਖੇ ਲੈ ਗਏ। ਉਹਨਾਂ ਦੇ ਦਰਸ਼ਨ ਮੇਲੇ ਕੀਤੇ ਅਤੇ ਬੇਨਤੀ ਕੀਤੀ ਜੀ ਇਹ
भाई नंद सिंह नूं अपनी चरनी लगाओ। बाबा मार नाम सिंह जी उस समय दी बहुत उच्च कोटी दी हस्ती सन ते उन्हां नूं ज्ञान सी कि भाई नंद सिंह नूं उन्हां राही ही बख्शिश होनी है। सो अगले दिन उन्हां नूं बहुत उपदेश दिता अते जपजी साहब की पहली पौड़ी का जाप करन दी जुगती दिती। वापस लहरे पुज के इन्हां ने विद्या दे नाल बाहर जा के सिमरन करना भी आरंभ कर दिता। कुछ समय बाद संत जी तो आग्या लै के अकले ही जंगल विच रह के अभ्यास करन लग पए। इस तरह जंगलों में विचरदे ते अभ्यास करदे लगभग 1906 हड़प्पे के घने जंगलों जिमें कि जिला लैलपुर जो कि हुण पाकिस्तान विच है उत्थे पुजे। इस इलाके च गुरद्वारा नानक सर सी जिथे श्री गुरु नानक देव जी मुल्तान जाते हुए ठहरे सन। इन्हीं दिनी बाबा जी के ममूली सादे वस्त्र ते पास सिर्फ कशहरा चादर कंबली चिप्पी रस्सी ते फिर बरागण दसते हैं। आहार सादा जो मिल जाए ते कई वेरा तो जंगल के पत्ते आदि खा के गुजारा करते सन। कई वरे इन इलाकों में तपस्या करते रहे जैसे कि बागां वाला टोभा टेक सिंह मद्दो की झंग मंगियाणा पत्तो की चूनिया मिंट गुमरी ते बारदा इलाका शांगा मांगा जखीरा पिड़की ते दीपालपुर आदि टिकाणा कच्चा ते पिंडा तो दूर एकांत वाली जगह ते रखदे। कई बार कोई ना कोई संत सेवी सज्जण मिल जांदा सब नूं गुरबाणी ते भले पासे लगण दा ही उपदेश करदे। तकरीबन 2.5 वरे नगर बीर सिंह वाले दे नेड़े ठहरे। कदे कदाई लहरे खाने संतां दे अते बाबा मार नाम सिंह जी पुच्चो वालियां दे दर्शन करन आउंदे ते बख्शीशा लै लैंदे। रस्ते विच श्री ननकाणा साहिब दे दर्शन भी करदे रहिंदे। अपनी जन्म भूमि जगराओं दे इलाके च लगभग 1912 विच चक्कर लाया ते कलेरा नगर तो बाहर एक बाग विच ठहरे। उन्हीं दिनी प्लेग की बीमारी का जोर सी। संगतां दी बेनती ते सुझाव दिता कि श्री गुरु ग्रंथ साहिब जी दे अखंड पाठ जा 101 सहज पाठ कराओ अते गुरु साहिब अगे अरदास करो भरोसा रखो। उन्होंने यही उपा किया ते बीमारी तो मोड़ पै गया। संत जवंद सिंह जी राजा संसी वाले नाल मिल के इकट्ठे फिरोजपुर छौनी सारागढ़ी गुरुद्वारे गुरु साहब के प्रतक दर्शनों लई प्रसाद छकाउण दीआं बेनतियां करदे रहे अते आप भी भुखे रहे ते 7वें दिन श्री गुरु ग्रंथ साहिब जी विचों श्री गुरु नानक देव सचे पातशाह दे प्रतक दर्शन होए ते प्रसाद छकाया। बाबा जी ने बेनती की कि मैनू अपना बना लवो। इस तरह तपस्या करदे फिर माझे अते बार दे इलाके नूं चले गए। कुछ समय बाद फिर बाबा मार नाम सिंह जी कुचो वालियां नूं बेनती करके होर बख्शिशां प्राप्त कीतियां। उन्हां ने श्री गुरु ग्रंथ साहिब जी दे संपट पाठ करन दी जुगती दित्ती। हड़प्पे दे जंगल च आ के बाबा जी ने संपट पाठ आरंभ करके लगभग 1 वरे च संपूर्ण किया। हर रोज़ 2 घंटे गुरु साहब अते बाबा मार नाम सिंह जी सरवण करते रहे। समय अनुसार उन्हां तों पूरियां बख्शिशां ते कहिंदे सर्टिफिकेट प्राप्त होया। बहुत सारियां घटनावां हुंदियां रहियां जिन्हां दा समय समय अनुसार आप नाल जिक्र सांझा करदे रहिंदे हां। तकरीबन 1916 विच भदौड़ तों बाहर जंगल च रहे। इस तों बाद फिर जगराओं दे इलाके विच दर्शन दित्ते ते नानकसर दा स्थान चुनिया जो पिंडां ਤੋਂ ਅਤੇ ਸੜਕ ਤੋਂ ਦੂਰ ਬੇਆਬਾਦ ਜ਼ਮੀਨ 'ਤੇ ਸੀ। ਇਸ ਇਲਾਕੇ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਭਾਗ ਲਾਏ ਹੋਏ ਹਨ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਗੁਰੂਸਰ 1.5 ਕਿਲੋਮੀਟਰ 'ਤੇ ਹੈ। ਇਹ ਜ਼ਮੀਨ ਜਗਰਾਓਂ ਲੋਪੋ ਗਵਾੜ ਦੀ ਹੈ ਅਤੇ ਉਹਨਾਂ ਨੇ ਧਰਮਸ਼ਾਲਾ ਵਾਸਤੇ ਛੱਡ ਦਿੱਤੀ ਸੀ। ਮੁਸਲਮਾਨਾਂ ਨੇ ਵੀ ਨਾਲ ਲੱਗਦੀ ਆਪਣੀ ਕੁਝ ਜ਼ਮੀਨ ਦਾਨ ਕਰ ਦਿੱਤੀ।
ਇਸ ਤਰ੍ਹਾਂ ਆਉਂਦੇ ਜਾਂਦੇ ਰਹੇ ਅਤੇ ਲਗਭਗ 1921 ਵਿੱਚ ਕੁਝ ਕੱਚੀਆਂ ਕੁੱਲੀਆਂ ਅਤੇ ਭੂਰਾ ਆਦਿ ਬਣਵਾਇਆ ਅਤੇ ਕਥਾ ਕੀਰਤਨ ਦਾ ਰੋਜ਼ਾਨਾ ਪ੍ਰੋਗਰਾਮ ਆਰੰਭ ਕੀਤਾ। ਇਸ ਤਰ੍ਹਾਂ ਨਾਨਕਸਰ ਕਲੀਰਾਂ ਦਾ ਮੁੱਢ ਬੰਨਿਆ। ਉਸ ਸਮੇਂ ਇਸ ਨੂੰ ਕੁਟੀਆ ਕਿਹਾ ਕਰਦੇ ਸਨ। ਫਿਰ ਐਸਾ ਪ੍ਰੋਗਰਾਮ ਉਲੀਕਿਆ ਕਿ ਵਿਸਾਖੀ ਦੇ ਪੁਰਬ 'ਤੇ ਸ੍ਰੀ ਦਮਦਮਾ ਸਾਹਿਬ 'ਤੇ ਨਾਲੇ ਲਹਿਰੇ ਅਤੇ ਪੁੱਚੋ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਬਾਕੀ ਦਾ ਸਮਾਂ ਮਾਲਵੇ ਅਤੇ ਸਰਦੀਆਂ 'ਚ ਮਾਝੇ ਦੇ ਇਲਾਕਿਆਂ 'ਚ ਵਿਚਰ ਕੇ ਆਪਣਾ ਅਭਿਆਸ ਅਤੇ ਸਿੱਖੀ ਦਾ ਪ੍ਰਚਾਰ ਕਰਦੇ, ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਦੇ ਰਹਿੰਦੇ ਸਨ। 1926 ਵਿੱਚ ਕੁਝ ਸਮਾਂ ਰਾਏਕੋਟ ਦੇ ਨੇੜੇ ਝੋਰੜਾਂ ਦੇ ਇਲਾਕੇ 'ਚ ਵੀ ਦਿੱਤਾ, ਜਿੱਥੇ ਤਕਰੀਬਨ 1929 ਵਿੱਚ ਸੰਗਤਾਂ ਨੇ ਕੱਚਾ ਕਮਰਾ ਭੂਰਾ ਅਤੇ ਤਲਾਈ ਬਣਾ ਦਿੱਤੀ। ਹੌਲੀ ਹੌਲੀ ਇੱਥੇ ਵੀ ਕੱਚੇ ਠਾਠ ਦੀ ਵਿਧੀ ਬਣ ਗਈ ਅਤੇ ਆਉਂਦੇ ਜਾਂਦੇ ਰਹੇ। ਇਸੇ ਨਗਰ ਤੋਂ ਭਾਈ ਇੰਦਰ ਸਿੰਘ, ਜੋ ਕਿ ਬਾਅਦ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਨਾਮ ਹੇਠਾਂ ਸੇਵਾ ਕਰਨ ਆਉਂਦੇ ਰਹੇ, ਬਾਬਾ ਮਾਹਰ ਨਾਮ ਸਿੰਘ ਜੀ ਪੁੱਚੋ ਵਾਲਿਆਂ ਨੇ ਦਸੰਬਰ 1927 ਵਿੱਚ ਚੋਲਾ ਬਦਲੀ ਕਰ ਲਿਆ। ਬਾਬਾ ਜੀ ਨੂੰ ਬੜਾ ਦੁੱਖ ਹੋਇਆ ਕਿ ਉਹਨਾਂ ਦੇ ਸੇਵਕਾਂ ਨੇ ਬਾਬਾ ਜੀ ਦੇ ਪੁੱਜਣ ਤੋਂ ਪਹਿਲਾਂ ਹੀ ਸੰਸਕਾਰ ਕਰ ਦਿੱਤਾ। ਉਹਨਾਂ ਦੀ ਅਸਥਾਨ ਸੰਭਾਲਣ ਦੀ ਬੇਨਤੀ ਨੂੰ ਨਿਮਰਤਾ ਸਹਿਤ ਇਨਕਾਰ ਕਰਕੇ ਬਾਬਾ ਜੀ ਵਾਪਸ ਨਾਨਕਸਰ ਕਲੇਰੀ ਆ ਗਏ। ਤਕਰੀਬਨ 1932 ਵਿੱਚ ਬਠਿੰਡੇ ਨੇੜੇ 15 ਫੁੱਟ ਡੂੰਘੀ ਪੁਰਾਣੀ ਡਿੱਗੀ ਦੇ ਅਸਥਾਨ 'ਤੇ ਪੂਰਨਮਾਸ਼ੀ ਮਨਾਈ, ਜਿਸ ਉੱਤੇ ਭਾਈ ਇੰਦਰ ਸਿੰਘ ਵੀ ਦਰਸ਼ਨਾਂ ਨੂੰ ਆਇਆ। ਇੱਥੇ ਹੀ ਇਹਨਾਂ ਨੂੰ ਸੇਵਾ ਵਿੱਚ ਰੱਖ ਲਿਆ ਅਤੇ ਬਾਅਦ ਵਿੱਚ ਹਜ਼ੂਰੀ ਸੇਵਾ ਬਖਸ਼ੀ ਅਤੇ ਨਾਮ ਇੰਦਰ ਸਿੰਘ ਤੋਂ ਬਦਲ ਕੇ ਈਸ਼ਰ ਸਿੰਘ ਰੱਖ ਦਿੱਤਾ। ਲਗਭਗ 1935 ਵਿੱਚ ਬਾਬਾ ਜੀ ਨੇ ਦਿੱਲੀ ਖੂਨੀ ਨਾਲੇ ਪੁਰਾਣਾ ਰਜਿੰਦਰ ਨਗਰ ਨੇੜੇ ਫੇਰਾ ਪਾਇਆ ਅਤੇ ਇੱਕ ਮਹੀਨਾ ਸੰਗਤਾਂ ਨੂੰ ਸਾਂਝਾ ਉਪਦੇਸ਼ ਕਰਕੇ ਕਿਰਤਾਰਥ ਕੀਤਾ। ਫਰਵਰੀ 1936 ਵਿੱਚ ਫਿਰ ਇਸੇ ਸਥਾਨ 'ਤੇ ਕਥਾ ਕੀਰਤਨ ਦਾ ਪ੍ਰੋਗਰਾਮ ਚਲਾਇਆ। 1937 ਵਿੱਚ ਪਟਿਆਲੇ ਦੀਆਂ ਸੰਗਤਾਂ ਦੀ ਬੇਨਤੀ 'ਤੇ ਇਸ ਇਲਾਕੇ ਵਿੱਚ ਵੀ ਦਰਸ਼ਨ ਦਿੱਤੇ ਅਤੇ ਬਾਅਦ ਵਿੱਚ ਵੀ ਆਉਂਦੇ ਜਾਂਦੇ ਰਹੇ। ਤਕਰੀਬਨ ਹਰ ਸਾਲ ਗਰਮੀਆਂ ਵਿੱਚ ਪਹਾੜਾਂ 'ਤੇ ਜਾਂਦੇ ਰਹੇ, ਜਿਸ ਤਰ੍ਹਾਂ ਕਰੋਲ ਦਾ ਟਿੱਬਾ ਸਲੋਗੜੇ ਨੇੜੇ 8000 ਫੁੱਟ ਉੱਚਾ ਹੈ, ਚਹਿਲ, ਕੁਫਰੀ, ਸੋਲਨ ਆਦਿ। ਪਤਾ ਲੱਗਣ 'ਤੇ ਪਟਿਆਲੇ ਰਿਆਸਤ ਦੇ ਸੰਗੀ ਅਤੇ ਰਾਜਮਾਤਾ ਪ੍ਰਬੰਧ ਕਰ ਦਿੰਦੇ ਸਨ। 1937 ਵਿੱਚ ਫਿਰ ਬਾਬਾ ਜੀ ਨੇ ਕਰੋਲ ਟਿੱਬੇ 'ਤੇ ਠਹਿਰ ਕੇ ਬਾਅਦ ਵਿੱਚ ਦਿੱਲੀ ਪੂਸਾ ਇੰਸਟੀਚਿਊਟ ਨੇੜੇ ਜੰਗਲ ਵਿੱਚ ਸਮਾਂ ਦਿੱਤਾ। ਭਵਿੱਖ ਦਾ ਸਮਾਂ ਵਿਚਾਰ ਕੇ ਬਾਬਾ ਜੀ ਨੇ ਬਾਗਾਂ ਵਾਲੇ ਦੀਆਂ ਸੰਗਤਾਂ ਨੂੰ ਬਾਹਰ ਇੱਕ ਨਵਾਂ ਗੁਰਦੁਆਰਾ ਕਿਲ੍ਹੇ ਦੀ ਵਿਉਂਤ 'ਤੇ ਬਣਾਉਣ ਦਾ ਸੁਝਾਅ ਦਿੱਤਾ, ਜਿਸ ਵਿੱਚ ਕੋਈ ਲੱਕੜੀ ਨਾ ਵਰਤੀ ਜਾਵੇ। 1947 ਵਿੱਚ ਬਟਵਾਰੇ ਸਮੇਂ ਇਸ ਇਲਾਕੇ ਦੀਆਂ ਸੰਗਤਾਂ ਇੱਥੇ ਇਕੱਠੀਆਂ ਹੋ ਕੇ ਸੁਰੱਖਿਅਤ ਰਹੀਆਂ। 1938 ਵਿੱਚ ਵਿਸਾਖੀ ਤੋਂ ਬਾਅਦ ਦਿੱਲੀ ਕੁਝ ਸਮਾਂ ਦੇ ਕੇ ਪਹਿਲੀ ਵਾਰ ਦੇਹਰਾਦੂਨ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ। ਵਾਪਸ ਆਉਂਦੇ ਤਕਰੀਬਨ ਇੱਕ ਮਹੀਨਾ ਪੰਜੋਰ ਬਾਗ ਕਾਲਕਾ ਨੇੜੇ ਠਹਿਰੇ। 1939 ਦੀਆਂ ਗਰਮੀਆਂ ਵਿੱਚ ਕਰੋਲ ਟਿੱਬੇ 'ਤੇ ਅਤੇ ਫਿਰ ਦਿੱਲੀ ਕਰੋਲ ਬਾਗ ਨੇੜੇ ਰਿੱਜ ਪਹਾੜੀ 'ਤੇ ਦੀਵਾਨ ਸਜਾਏ। 1940 ਵਿੱਚ ਮਾਝੇ ਦੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਫਰਵਰੀ ਦੀ ਪੂਰਨਮਾਸ਼ੀ 'ਤੇ ਇੱਕ ਵੱਡਾ ਸਮਾਗਮ ਹੋਇਆ। ਬਾਬਾ ਜੀ ਨੇ ਸੰਗਤਾਂ ਨੂੰ ਨਾਮ ਜਪਣ 'ਤੇ ਖਾਸ ਜ਼ੋਰ ਦਿੱਤਾ। 1940 ਦੀਆਂ ਗਰਮੀਆਂ ਵਿੱਚ ਚਹਿਲ ਕੁਫਰੀ ਇਲਾਕੇ 'ਚ ਠਹਿਰ ਕੇ ਸ਼ਿਮਲੇ ਦੀਆਂ ਸੰਗਤਾਂ ਦਾ ਭਲਾ ਕੀਤਾ। 1941 ਵਿੱਚ ਮਾਝੇ ਦੇ ਇਲਾਕੇ ਵਿੱਚ ਕਰੋਲ ਟਿੱਬੇ 'ਤੇ ਦੇਹਰਾਦੂਨ ਨੰਦਾ ਚੌਂਕੀ ਜਾ ਕੇ ਦਰਸ਼ਨ ਦਿੱਤੇ। ਕੁਝ ਸਮਾਂ ਉੱਥੋਂ ਪੌਂਦੇ ਜੰਗਲ ਵਿੱਚ ਵੀ ਗੁਜ਼ਾਰਿਆ। ਉੱਥੋਂ ਦਿੱਲੀ ਨੂੰ ਆਉਂਦੇ ਹੋਏ ਰੁੜਕੀ ਛਾਉਣੀ ਦਰਸ਼ਨ ਦਿੱਤੇ। ਇਸ ਵਾਰ ਵਜ਼ੀਰਾਬਾਦ ਦਰਿਆ ਜਮੁਨਾ ਤੋਂ ਪਾਰ ਆਸਣ ਰੱਖਿਆ। ਕੱਤਕ ਦੀ ਪੂਰਨਮਾਸ਼ੀ ਦਾ ਸਮਾਗਮ ਵੀ ਇੱਥੇ ਕੀਤਾ।
1942 च हर साल की तरह विसाखी ते दमदमा साहब दर्शनों नूं गए ते फिर पठानकोट हो के नगरोटे पहाड़ी इलाके विच कुछ समा ठहरे। इतों श्री हरिमंदर साहब अमृतसर साहब के दर्शनों नूं गए अते संगतां दी बेनती ते श्री अकाल तख्त साहब तो शुभ बचन कीते। पहला भी श्री अमृतसर अते तरन तारण साहब बाबा जी जांदे ही रहिंदे सन। बाबा जी ने अपने पिछले तकरीबन 20-22 वरे कथा कीर्तन ते सिखी प्रचार का बकायदा प्रवाह चलाया। दूर दराडे इलाकों जा के अनेक संगतां नूं गुरु नाल जोड़िया ते जिथे लोड़ हुंदी अमृत छकाउण दा प्रबंध भी कर दिंदे। उन्होंने अपने कुछ निजम पक्के रखे सन, खास करके माया नूं हथ नहीं लाउणा, इस्त्री तो दूर रहना, अपने नाम कोई जायदाद नहीं लगाउणी, कोई पक्का अस्थान नहीं बनाउणा अते सधारण सिखी बाणे विच ही विचरना। श्री गुरु ग्रंथ साहब जी नूं प्रगट गुरां की देह ते हाजर नाजर मन के सेवा करनी। बाबा जी ने इस मर्यादा नूं संगतां विच परपक कीता। इन्हां निजमां ते अते अपने त्याग ते ऐसे पूरे उतरे कि कोई भी उंगली नहीं कर सकता। आप अमृत वेले 12:30 बजे इशनान करके अभ्यास में जुड़ जाते सन। मौसम के अनुसार 3 घंटे अमृत वेले कीर्तन ते 4 घंटे शाम को कथा कीर्तन ते रहरा साहब का प्रोग्राम हुंदा सी। कथा फरीदकोट वाले टीका साहब तो हुंदी सी। इस तो बिना भी आप अलग कीर्तन या कथा सुनते रहते सन। सुखमनी साहब का पाठ ते कई बार श्री अखंड पाठ साहब श्री संपट पाठ भी चलता रहता सी। हर पूर्णमाशी शाम को वड्डा समागम तकरीबन अद्धी रात तक चलता सी। बाद विच दरगाही प्रसाद भी वरताया जाता सी। अरदास बाबा जी आप खुद करया करते सन, जिस विच अत निम्रता ते हलीमी सहित गुरु साहब अगे बेनतियां करया करते सन। हर एक व्यक्ति नूं अमृत छकण ते नितनेम दे नाल महीने च श्री गुरु ग्रंथ साहब जी का एक पाठ जा उसके बराबर दर्शाए हुए होर पाठ करन दी जुगती दसदे सन। जिवें कि 2 पाठ सुखमनी साहब दे रोज दे करिए 1 महीना पर, जां 10 पाठ जपजी साहब दे रोज दे करिए महीना पर, जां 6 माला मूल मंत्र नानक होसी पी सच तक 108 मणके दियाँ रोज दियाँ करिए महीना पर, जां 80 माला वाहिगुरु वाहिगुरु दियाँ हर रोज दियाँ करे 1 महीना पर, जे हिंदू वीर है तो राम राम दियाँ 160 माला 108 मणके दियाँ रोज दियाँ फेरे, जे मुसलमान है तो 160 माला अल्लाह अल्लाह दियाँ रोज दियाँ फेरे। ये 1 महीने विच 1 श्री गुरु ग्रंथ साहब जी के पाठ का फल मिल जाता है। ये सौखा तरीका बाबा जी ने संगतां वास्ते निजमत किया। रात के कीर्तन तो बाद आप वडमुले बचन करते सन। बचन मालवे की सादी बोली ते सादी भाषा विच हौली हौली समझा के करते सन ते संगतां बहुत शांति ते ध्यान पूर्वक सरवण कर दियां सन। अपने अनुभव नाल बहुत सारे प्रश्नों का उत्तर बगैर पूछे ही बचना द्वारा समझा देंदे सन। गुरबाणी दे नाल नाल भाई गुरदास जी ते भाई नंद लाल जी दियां लिखतां विचों भी प्रमाण देंदे सन। उपदेश सांझा हुंदा सी ते जिस तरह का कोई प्रेमी आउंदा उस नूं गुरु नाल जोड़दे अते अपने धर्म च पक्का रहण दा जोर देंदे सन। नाम जपण ते सच बोलण, धर्म दी किरत करन, भले पुरशां दी संगत करन, एहो जे विशिआं नूं समझाउंदे सन। उहनां दे बचनां दी मिसाल शक्ति ते ज्ञान दा सोमा केवल निरंकार है। कलयुग दे अवतार श्री गुरु नानक देव जी हन, उहनां दी बाणी पढ़ो ते उहनां दा ही ध्यान करो। वाहिगुरु शब्द दरगाही टिकट है। फौज विच नौकरी करन वाले फौजी सिंघ जां होर नौकरी वालिआं नूं अपने करतव पालण दे ते देश दी सेवा पूरी इमानदारी नाल करन दी सिक्ख्या देंदे सन।
सियासत वालियां नूं कह दिंदे सन कि साडी ड्यूटी केवल धर्म प्रचार दी है। दीवान अस्थान साफ सुथरा ते उसका दृश्य अते माहौल अजिहा हुंदा कि कथा कीर्तन विच जुड़न अते बाबा जी दे दर्शनां दी खिच पैंदी सी। सब तो उच्ची जगह ते सामने श्री गुरु ग्रंथ साहिब जी ते नाल सोहनी सजावट करके श्री गुरु नानक देव जी दे वड्डे सूपां दे दर्शन हुंदे सन। इस नूं सचखंड कहिंदे सन। इस तो नीवी जगह एक पासे कीर्तनी जथा, फिर संगत ते उस तो होर नीवी जगह गुरु साहिब दे सामने विचकार कुछ खाली थां छड के बाबा जी का आसन हुंदा सी। आप बरागण लगा के सुशोभित हुंदे सन ते संगतां दर्शन करके खुश हुंदियां सन। कथा कीर्तन सुन के झोलियां भर के जांदियां सन। माइयां दे बैठण दे वास्ते जगह पिछे एक पासे अलग हुंदी सी। गुरु साहिब का कमरा मीह हनेरी का ख्याल रख के बनाया जांदा सी। बाबा जी दे रहण ते अभ्यास वास्ते भूरे बनते सन, बाकियां वास्ते छप्पर ते कुलियां आदि हुंदियां सन। नानक सर कलेरां ठाठ विखे संगतां हुण भी भूरे च सचखंड दे दर्शन करदियां हन। ये बाद विच पक्के कीते गए हन। लंगर आदि का प्रबंध संगी आपे करदे सन। गुरु की मेहर नाल लंगर आ जांदा सी ते गुरु साहिब नूं भोग लवा के वंड के छक लैंदे सन। इस तरह ठाठ दे होर पक्के निजम, जिस तरह कोई माई रात नूं उत्थे ठहर नहीं सी सकदी, सेवादार बिहंगम ते होर प्रेमी जो आउंदे सन सब नूं सेवा सिमरन ते पाठ विच लगाई रखदे सन। सब नूं अपनी सेवा पूरी तरह निभाउण दी सख्ती हुंदी सी। जद भी बाबा जी किसी अस्थान ते जांदे, गुरु साहिब नूं अपने निजी अस्थान ते पहुँचा के फिर भूरे कुलियां आदि सब ढोआ दिंदे ते कई वारी अग भी लगवा दिंदे सन। जदों फिर किते आउंदे सन तां संगतां नूं फिर सेवा मिल जांदी सी। नानक सर कलेरां ते झोरड़ां दे खास ठाठ जिथे बाबा जी आउंदे जांदे रहिंदे सन, पिछले सालां विच ये नहीं धोआए। कच्चे कमरे कदे मीह हनेरी नाल ढह भी जांदे सन, पर पक्के बनाउण दी मनाही सी। उस समय दे महापुरशां नाल आप दा चंगा मेल मिलाप सी ते आपसी सत्कार सी। बाबा करम सिंह जी दे दर्शनां नूं आप खुती मरदान गए। बाबा खुदा सिंह जी नाल भी मिलाप होया। इसे तरह संत अतर सिंह जी मस्तू आने वाले, संत सुंदर सिंह जी अली बेग वाले, बाबा बचन सिंह जी भजनगढ़ वाले, संत ज्वाला सिंह जी हरखोवाल वाले, ज्ञानी सुंदर सिंह जी भिंडरां वाले ते संत गुलाब सिंह जी घोलीए वाले अते होरना नूं भी बाबा जी मिलते जुलते रहिंदे सन। बाबा जी का सुभाव निरभउ, निरवैर ते सरबत दे भले दा सी अते गुरु साहिब की रजा विच विचरदे सन। किसी होर दे दबाव च नहीं सन आउंदे। उन्हां दी आत्मिक शक्ति, अंतरयामता, पारोपकार, अनुभव ते शख्सियत नूं पूरा समझना असंभव है। कई शरदा वालियां नूं सुपने विच, कईयां नूं सूक्ष्म शरीर विच ते कईयां नूं होर किसी प्रकार नाल सहायता दीयां अनेकां घटनावां वापरदियां रहियां हन। पर विशेषता यह सी कि बाबा जी ने अपना आप कदे नहीं जताया सी। सचमुच निम्रता ते गरीबी का अपना सुभाव पक्का रखिया। उदों तो ही पूर्णमाशी ते अगले दिन अमृत वेले दे कीर्तन विच गुरमत हृदय गरीबी आवे। भाई गुरदास जी दी बारहवीं पौड़ी दा प्रकरण लगाया जांदा है। उन्हां दी गंभीरता ते चेहरे ते रोग दा प्रभाव अजिहा सी कि आम व्यक्ति तां उन्हां सामने अख उठा के देख नहीं सी सकदा। अमीर गरीब, वड्डा छोटा, दुखी सुखी सब नूं भले पासे ही लाउंदे ते पढ़िया अनपढ़िया सब नूं नाम जपण दी सिक्ख्या दिंदे। यही उन्हां दी वडियाई सी। उन्हां ने अपना जीवन गुरु साहिब दे आशिया अनुसार ढाल के एक उच्ची मिसाल कायम की। इस तरह साढ़े वास्ते वह एक चानम मुनारा बन गए। अनेक प्राणियों ने दर्शन करके ते उन्हां दे दर्शाए हुए मार्ग ते चल के अपने जीवन सफले किए। हुण भी अणगिणत संगतां देश प्रदेश विच उन्हां दी चलाई हुई मर्यादा ते निजमां ते अमल करके लाभ उठा रही हैं। संगतां पूरी श्रद्धा नाल
ਉਹਨਾਂ ਦੇ ਤਪ ਅਸਥਾਨ 'ਤੇ ਦਰਸ਼ਨ ਕਰਨ ਅਤੇ ਧੂੜੀ ਲੈਣ ਨੂੰ ਆਉਂਦੀਆਂ ਹਨ। ਬਾਬਾ ਜੀ ਨੇ ਚੋਲਾ ਬਦਲੀ ਕਰਨ ਦੇ ਇਸ਼ਾਰੇ ਤਾਂ ਪਹਿਲਾਂ ਹੀ ਖਾਸ ਖਾਸ ਸੰਗਤਾਂ ਨੂੰ ਦੱਸ ਦਿੱਤੇ ਸਨ। 1943 ਵਿੱਚ ਬਾਬਾ ਜੀ ਕਾਫ਼ੀ ਢਿੱਲੇ ਹੋ ਗਏ। ਸੰਗਤਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ਼ਾਰਾ ਹੋਇਆ ਕਿ 6 ਮਹੀਨੇ ਸਮਾਂ ਵੱਧ ਗਿਆ ਹੈ। ਗਰਮੀਆਂ 'ਚ ਦੇਹਰਾਦੂਨ ਪਾਉਂਦੇ ਜੰਗਲ ਵਿੱਚ ਦੀਵਾਨ ਸਜਾਏ। 15 ਅਗਸਤ ਨੂੰ ਅਖੀਰੀ ਪੂਰਨਮਾਸ਼ੀ ਕਰਕੇ 26 ਅਗਸਤ ਨੂੰ ਵਾਪਸ ਚੱਲੇ ਅਤੇ ਅਗਲੇ ਦਿਨ ਨਾਨਕਸਰ ਕਲੇਰਾਂ ਪੁੱਜੇ। ਸਰੀਰ ਕਾਫ਼ੀ ਕਮਜ਼ੋਰ ਅਤੇ ਨਾਲੇ ਜ਼ੋਰ ਦਾ ਬੁਖਾਰ ਸੀ। ਡਾਕਟਰਾਂ ਨੇ ਕੋਸ਼ਿਸ਼ ਕੀਤੀ ਪਰ ਵਾਹ ਨਾ ਚੱਲੀ। ਨਿਰੰਕਾਰ ਦੇ ਹੁਕਮ ਅਨੁਸਾਰ ਆਪ 29 ਅਗਸਤ 13 ਭਾਦਰੋ 1943 ਨੂੰ ਅੰਮ੍ਰਿਤ ਵੇਲੇ ਤਕਰੀਬਨ 3:30 ਵਜੇ ਦਰਗਾਹ ਨੂੰ ਚਲੇ ਗਏ। ਦਿੱਲੀ, ਦੇਹਰਾਦੂਨ, ਪਟਿਆਲਾ, ਅੰਮ੍ਰਿਤਸਰ ਅਤੇ ਹੋਰ ਬਹੁਤ ਸਾਰੇ ਇਲਾਕਿਆਂ ਤੋਂ ਸੰਗਤਾਂ ਆਖਰੀ ਦਰਸ਼ਨਾਂ ਵਾਸਤੇ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਈਆਂ। ਇਹ ਇਕੱਠ ਅਤੇ ਬੈਰਾਗ ਦੇਖ ਕੇ ਪਤਾ ਚੱਲਦਾ ਸੀ ਕਿ ਬਾਬਾ ਜੀ ਦਾ ਸੰਗਤਾਂ ਦੇ ਮਨਾਂ ਵਿੱਚ ਕਿੰਨਾ ਸਤਿਕਾਰ ਸੀ। ਉਹਨਾਂ ਦੀ ਪਹਿਲਾਂ ਤੋਂ ਹੀ ਸਮਝਾਈ ਹੋਈ ਵਿਧੀ ਅਨੁਸਾਰ 31 ਅਗਸਤ ਨੂੰ ਇੱਕ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਉਹਨਾਂ ਦੇ 5 ਭੂਤਕ ਪਵਿੱਤਰ ਸਰੀਰ ਨੂੰ ਸਿੱਧਵਾਂ ਬੇਟ ਹੋ ਕੇ ਕੰਨਿਆ ਨਗਰ ਨੇੜੇ ਸਤਲੁਜ ਦਰਿਆ ਦੇ ਡੂੰਘੇ ਵਹਿਣ ਵਿੱਚ ਜਲ ਪ੍ਰਵਾਹ ਕਰ ਦਿੱਤਾ। ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਦੁਸਹਿਰੇ 'ਤੇ ਸੰਗਤ ਵੱਲੋਂ ਬਾਬਾ ਈਸ਼ਰ ਸਿੰਘ ਜੀ, ਬਾਬਾ ਨਾਨਕ ਸਿੰਘ ਦੇ ਹਜ਼ੂਰੀ ਸੇਵਕ, ਉਹਨਾਂ ਨੂੰ ਦਸਤਾਰ ਭੇਟ ਕੀਤੀ ਗਈ ਅਤੇ ਇੱਥੋਂ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਨੂੰ ਬਖਸ਼ੀ ਗਈ। ਸੋ ਗੁਰਮੁਖੋ, ਇਹ ਬਾਬਾ ਜੀ ਦਾ ਸੰਖੇਪ ਇਤਿਹਾਸ ਆਪਣੇ ਸਰਵਣ ਕੀਤਾ ਹੈ। ਇਹਦੇ ਵਿੱਚ ਜ਼ਿਕਰ ਆਇਆ ਕਿ ਇਹ ਜਿਹੜੀ ਨਾਨਕਸਰ ਦੀ ਜਗ੍ਹਾ ਹੈ ਇਹ ਜਗਰਾਉਂ ਦੀ ਹੈ, ਲੋਪੋਗਵਾੜ ਦੀ ਹੈ, ਪਰ ਫਿਰ ਵੀ ਬਾਬਾ ਨਾਨਕ ਸਿੰਘ ਜੀ ਨੂੰ ਜਾਂ ਬਾਬਾ ਈਸ਼ਰ ਸਿੰਘ ਜੀ ਨੂੰ ਕਲੇਰਾਂ ਵਾਲੇ ਕਿਉਂ ਕਹਿੰਦੇ ਹਨ? ਇਹਦਾ ਵੀ ਇੱਕ ਖਾਸ ਕਾਰਨ ਸੀ, ਕਿਉਂਕਿ ਜਦੋਂ ਬਾਬਾ ਜੀ ਇੱਥੇ ਆਏ ਅਤੇ ਬਾਬਾ ਜੀ ਦੀ ਸੇਵਾ ਵਿੱਚ ਜੋ ਸੰਗੀ ਹਾਜ਼ਰ ਹੋਏ ਉਹ ਲਗਭਗ ਕਲੇਰਾਂ ਦੇ ਸਨ, ਜਿਵੇਂ ਕਿ ਭਾਈ ਰਤਨ ਸਿੰਘ ਜੀ ਕਲੇਰਾਂ ਵਾਲੇ, ਹੋਰ ਵੀ 3-4 ਸਿੰਘ ਸਨ ਜੋ ਬਾਬਾ ਜੀ ਦੀ ਸੇਵਾ ਕਰਦੇ ਸਨ। ਅਤੇ ਉਹਨਾਂ ਦੇ ਮਨ ਦਾ ਫੁਰਨਾ ਵੀ ਸੀ ਜਦੋਂ ਉਹ ਸ਼ੇਰਪੁਰੇ ਤੋਂ ਬਾਬਾ ਜੀ ਨੂੰ ਲੈ ਕੇ ਆਏ ਸਨ। ਉਹਨਾਂ ਦਾ ਤਾਂ ਭਾਵ ਇਹ ਸੀ ਕਿ ਬਾਬਾ ਜੀ ਕਲੇਰਾਂ ਪਿੰਡ ਵਿੱਚ ਬੈਠਣਗੇ ਅਤੇ ਇਹਨਾਂ ਦੇ ਸਦਕੇ, ਇਹਨਾਂ ਦੀ ਕਮਾਈ ਦੇ ਸਦਕੇ ਸਾਡੇ ਪਿੰਡ ਦਾ ਨਾਮ ਵੀ ਦੁਨੀਆ 'ਤੇ ਰੋਸ਼ਨ ਹੋਵੇਗਾ। ਪਰ ਬਾਬਾ ਜੀ ਕਲੇਰਾਂ ਪਿੰਡ ਨਹੀਂ ਬੈਠੇ, ਇੱਥੇ ਨਾਨਕਸਰ ਵਾਲੀ ਜੂਹ 'ਤੇ ਆ ਗਏ। ਇਹ ਜਗਰਾਉਂ ਦੀ ਜੂਹ ਸੀ, ਇੱਥੇ ਆ ਗਏ। ਕਹਿਣ ਲੱਗੇ ਇਹ ਜਗ੍ਹਾ ਪਸੰਦ ਹੈ, ਪਰ ਬਾਬਾ ਜੀ ਅੱਗੇ ਕੋਈ ਬੋਲ ਨਹੀਂ ਸੀ ਸਕਦਾ, ਕੋਈ ਨਾ ਬੋਲ ਸਕਿਆ। ਪਰ ਮਨ ਵਿੱਚ ਸੋਚਿਆ ਰਤਨ ਸਿੰਘ ਨੇ ਵੀ ਅਸੀਂ ਤਾਂ ਕਲੇਰਾਂ ਵਿੱਚ ਬਾਬਾ ਜੀ ਨੂੰ ਰੱਖਣਾ ਚਾਹੁੰਦੇ ਸੀ, ਪਰ ਬਾਬਾ ਜੀ ਉਹਨਾਂ ਦੇ ਫੁਰਨੇ ਨੂੰ ਸਮਝ ਗਏ ਅਤੇ ਉਹਨਾਂ ਨੇ ਸੇਵਾ ਵੀ ਬਾਬਾ ਜੀ ਦੀ ਬਹੁਤ ਕੀਤੀ ਅਤੇ ਉਹਨਾਂ ਦੀ ਸੇਵਾ ਦੇ ਸਦਕੇ ਬਾਬਾ ਜੀ ਨੇ ਐਸਾ ਸਮਾਂ ਬਣਾਇਆ ਕਿ ਹਰ ਪਾਸੇ ਬਾਬਾ ਜੀ ਨੂੰ ਨਾਨਕਸਰ ਕਲੇਰਾਂ ਵਾਲੇ ਕਹਿ ਕੇ ਪੁਕਾਰਿਆ ਜਾਂਦਾ ਹੈ। ਇਹ ਉਹਨਾਂ ਦੀ ਬਖਸ਼ਿਸ਼ ਸੀ, ਕਲੇਰਾਂ ਵਾਲਿਆਂ ਦੀ ਸੇਵਾ ਦੇ ਸਦਕੇ ਕਲੇਰਾਂ ਵਾਲਿਆਂ 'ਤੇ ਖਾਸ ਬਖਸ਼ਿਸ਼ ਹੋਈ, ਜੋ ਹਰ ਥਾਂ 'ਤੇ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਕਰਕੇ ਮਸ਼ਹੂਰ ਹਨ। ਸੋ ਗੁਰਮੁਖ ਪਿਆਰਿਓ, ਬਾਬਾ ਜੀ ਦੀ ਕਿਰਪਾ ਨਾਲ ਦਾਸ ਬਾਬਾ ਜੀ ਦੀਆਂ ਕਥਾ ਕਹਾਣੀਆਂ ਆਪ ਨਾਲ ਸਾਂਝੀਆਂ ਕਰਦਾ ਹੀ ਰਹਿੰਦਾ ਹੈ, ਪਰ ਸੰਗਤ ਵੱਲੋਂ ਹੁਕਮ ਹੋਇਆ ਸੀ ਕਿ ਬਾਬਾ ਆਨੰਦ ਸਿੰਘ ਜੀ ਦਾ ਸੰਖੇਪ ਜੀਵਨ ਉਸ ਨੂੰ ਪੇਸ਼ ਕੀਤਾ ਜਾਵੇ, ਤਾਂ ਅੱਜ ਸੰਗਤ ਦਾ ਹੁਕਮ ਮੰਨ ਕੇ ਸੰਖੇਪ ਜੀਵਨ ਪੇਸ਼ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭੁੱਜੋ ਵਾਲੇ ਬਾਬਾ ਮਾਹਰ ਨਾਮ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਦਾ ਸੰਖੇਪ ਜੀਵਨ ਦਾ ਵੀ ਉਪਰਾਲਾ ਕੀਤਾ ਜਾਵੇਗਾ। ਸੋ ਹੁਣ ਜੋ ਮੌਜੂਦਾ ਸਮੇਂ 'ਤੇ ਇੱਥੇ ਤਿਉਹਾਰ ਮਨਾਏ ਜਾਂਦੇ ਹਨ ਉਹ ਇਸ ਤਰ੍ਹਾਂ ਹਨ। ਸਭ ਤੋਂ ਵੱਡਾ ਸਮਾਗਮ ਬਾਬਾ ਆਨੰਦ ਸਿੰਘ ਜੀ ਦੀ ਬਰਸੀ, ਜੋ ਕਿ ਦੇਸੀ ਮਹੀਨੇ ਦੇ ਹਿਸਾਬ ਨਾਲ 13 ਭਾਦਰੋ ਨੂੰ ਅਤੇ ਅੰਗਰੇਜ਼ੀ ਤਰੀਕ 28 ਅਗਸਤ ਹੈ ਅਤੇ ਕਦੇ ਕਦੇ 29 ਅਗਸਤ ਵੀ ਆ ਜਾਂਦੀ ਹੈ। ਅਤੇ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਦੇਸੀ ਦੇ ਹਿਸਾਬ ਨਾਲ 21 ਅੱਸੂ ਹੈ ਅਤੇ 6 ਅਕਤੂਬਰ ਅਤੇ ਕਦੇ ਕਦੇ 7 ਅਕਤੂਬਰ ਵੀ ਹੋ ਜਾਂਦੀ ਹੈ। ਅਤੇ ਹਰ ਮਹੀਨੇ ਪੂਰਨਮਾਸ਼ੀ ਬੜੀ ਧੂਮਧਾਮ ਨਾਲ ਇੱਥੇ ਮਨਾਈ ਜਾਂਦੀ ਹੈ। ਬਾਬਾ ਆਨੰਦ ਸਿੰਘ ਜੀ ਦਾ ਜਨਮ ਦਿਹਾੜਾ 13 ਕੱਤਕ ਨੂੰ ਪਿੰਡ ਸ਼ੇਰਪੁਰਾ ਕਲਾਂ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਨਗਰ ਕੀਰਤਨ ਵੀ ਉੱਥੇ ਹੁੰਦਾ ਹੈ।
ਅਤੇ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ 13 ਚੇਤਰ ਨੂੰ ਪਿੰਡ ਝੂਰੜਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸੋ ਅੱਜ ਦਾਸ ਇਹ ਬੇਨਤੀਆਂ ਕਰਦਾ ਹੋਇਆ ਸਮਾਪਤੀ ਕਰਦਾ ਹੈ। ਬੇਨਤੀ ਹੈ ਕਿ ਬਾਬਾ ਜੀ ਦੇ ਇਤਿਹਾਸ ਨੂੰ ਘਰ ਘਰ ਪਹੁੰਚਾਉਣ ਲਈ ਜੋ ਬਾਬਾ ਜੀ ਦੇ ਪਿਆਰ ਵਾਲੇ ਹਨ, ਪ੍ਰੇਮ ਵਾਲੇ ਹਨ, ਇਸ ਲਿੰਕ ਨੂੰ ਸ਼ੇਅਰ ਕਰੋ ਅਤੇ ਹੋਰ ਇਸ ਤਰ੍ਹਾਂ ਦੇ ਇਤਿਹਾਸ ਨੂੰ ਸਰਵਣ ਕਰਨ ਲਈ NVI ਨਾਨਕਸਰ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।